ਵਰਲਡ ਸਿੱਖ ਚੈਂਬਰ ਆਫ ਕਮਰਸ ਦੀ ਟੀਮ ਦੇ ਵੱਲੋਂ ਅਕਾਲ ਪੁਰਖ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ 2020 ਦੇ ਵਿੱਚ ਅਸੀਂ ਸਿੱਖ ਬਿਜ਼ਨਸਮੈਨ ਅਤੇ ਇੰਟਰਪ੍ਰੀਨਿਓਰਸ ਦੇ ਵੱਲੋਂ ਇੱਕ ਪਲੈਟਫਾਰਮ ਦੇ ਉੱਪਰ ਇਕੱਠੇ ਹੋ ਕੇ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਨੂੰ ਅੱਜ ਚੱਲਦਿਆਂ ਹੋਇਆਂ 4 ਸਾਲ ਮੁਕੰਮਲ ਹੋ ਗਏ ਨੇ। ਇਸ ਮੌਕੇ ਤੇ ਉਹਨਾਂ ਆਖਿਆ ਕਿ ਅਕਾਲ ਪੁਰਖ ਦਾ ਲੱਖ ਲੱਖ ਨਹੀਂ ਕਰੋੜਾਂ ਵਾਰ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਤੋਂ ਇਹ ਸੇਵਾ ਲਈ ਹੈ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਸ਼ੁਕਰਾਨਾ ਸਮਾਗਮ ਜੋ ਆਇਆ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰਿਸ਼ਨਾ ਮਾਰਕੀਟ ਲਾਜਪਤ ਨਗਰ ਵਿਖੇ ਰੱਖੀ ਸੀ ਜਿਸ ਦੇ ਵਿੱਚ ਅੰਮ੍ਰਿਤ ਰਸ ਕੀਰਤਨ ਕੌਂਸਲ ਪਰਵਿੰਦਰ ਭਾਟੀਆ ਜੀ ਨੇ ਸਾਡਾ ਬਹੁਤ ਸਹਿਯੋਗ ਕੀਤਾ। ਜਿਹੜੇ ਕਿ ਵਰਲਡ ਫੇਮਸ 5 ਜਥੇ ਆਏ ਨੇ ਉਹਨਾਂ ਨੇ ਕੀਰਤਨ ਕੀਤਾ ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ। ਅਸੀਂ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੀ ਪੂਰੀ ਟੀਮ ਇੱਥੇ ਸਭ ਤੋਂ ਪਹਿਲੇ ਤਾਂ ਅਕਾਲ ਪੁਰਖ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਕਿ ਮੁਹਿੰਮ ਅਸੀਂ 2020 ਦੇ ਅੰਦਰ ਸ਼ੁਰੂ ਕੀਤਾ ਸੀ ਕਿ ਸਿੱਖ ਬਿਜ਼ਨਸਮੈਨ ਇੰਟਰਪ੍ਰੀਨਿਓਰਸ ਨੂੰ ਅਸੀਂ ਇੱਕ ਪਲੈਟਫਾਰਮ 'ਤੇ ਇਕੱਠਾ ਕਰੀਏ। ਉਸ ਮੁਹਿੰਮ 'ਤੇ ਚੱਲਦੇ ਚੱਲਦੇ ਅੱਜ 4 ਸਾਲ ਕਿਵੇਂ ਬੀਤ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ। ਸੋ ਅਕਾਲ ਪੁਰਖ ਦਾ ਧੰਨਵਾਦ ਕਰਨ ਵਾਸਤੇ ਅਸੀਂ ਇਹ ਸ਼ੁਕਰਾਨਾ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕ੍ਰਿਸ਼ਨਾ ਮਾਰਕੀਟ ਲਾਜਪਤ ਨਗਰ ਰੱਖਿਆ ਹੈ ਜਿਹਦੇ ਵਿੱਚ ਅੰਮ੍ਰਿਤ ਰਸ ਕੀਰਤਨ ਕੌਂਸਲ ਪਰਵਿੰਦਰ ਸਿੰਘ ਭਾਟੀਆ ਜੀ ਨੇ ਸਾਡਾ ਬਹੁਤ ਸਹਿਯੋਗ ਕੀਤਾ। ਜਿਹੜੇ ਕਿ ਵਰਲਡ ਫੇਮਸ 5 ਜੱਥੇ ਇੱਥੇ ਆਏ ਨੇ ਉਹਨਾਂ ਨੇ ਕੀਰਤਨ ਕੀਤਾ ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਇੱਕ ਮਿਸ਼ਨ 'ਤੇ ਚੱਲੇ ਹਾਂ ਅੱਗੇ, ਜਿਹੜਾ ਅਗਲਾ ਅਸੀਂ ਮਿਸ਼ਨ ਚੁੱਕਿਆ ਹੈ ਕਿ WSCC ਫਾਊਂਡੇਸ਼ਨ, ਜਿਹਦੇ ਅੰਦਰ ਅਸੀਂ ਭਾਰਤ ਵਰਸ਼ ਦੇ ਜਿੰਨੇ ਵੀ ਲੋੜਵੰਦ ਸਿੱਖ ਹੈਗੇ ਨੇ ਉਹਨਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਰਹੇ ਹਾਂ। ਸਾਡੇ ਨਾਲ ਪੂਰੇ ਵਰਲਡ ਤੋਂ ਡੋਨਰ ਜੁੜੇ ਹੋਏ ਨੇ ਜਿਹੜੇ ਕਿ ਉਹਨਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਉਹਨਾਂ ਬੱਚਿਆਂ ਦੀ ਫੀਸ ਡਾਇਰੈਕਟ ਸਕੂਲ ਦੇ ਅੰਦਰ ਜਮ੍ਹਾਂ ਕਰਾਉਂਦੇ ਨੇ। ਅਤੇ ਅਗਰ ਤੁਹਾਡੇ ਕੋਲ ਕੋਈ ਵੀ ਲੋੜਵੰਦ ਸਿੱਖ ਬੱਚਾ ਹੋਏ ਜਿਹੜਾ ਕਿ ਪੜ੍ਹਾਈ ਵਿੱਚ ਹੋਣਹਾਰ ਹੋਏ, ਅੱਗੇ ਵਧਣਾ ਚਾਹੁੰਦਾ ਹੋਏ, ਉਹ ਕੁਝ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦਾ ਹੋਏ, ਅਤੇ ਤੁਸੀਂ ਉਸ ਬੱਚੇ ਨੂੰ, ਹੋਣਹਾਰ ਬੱਚੇ ਨੂੰ, ਲੋੜਵੰਦ ਬੱਚੇ ਨੂੰ ਸਾਡੇ ਨਾਲ ਜੋੜੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਦੀ ਪੂਰੀ ਪੜ੍ਹਾਈ ਦੀ ਜ਼ਿੰਮੇਵਾਰੀ ਲਈਏ ਤਾਂ ਕਿ ਉਹਨੂੰ ਇੱਕ ਅੱਛਾ ਮਨੁੱਖ, ਅੱਛਾ ਸਿੱਖ, ਅੱਛਾ ਨਾਗਰਿਕ ਔਰ ਅੱਛਾ ਦੇਸ਼ਵਾਸੀ ਬਣਾਈਏ। ਔਰ ਇਸੀ ਤਰ੍ਹਾਂ ਹੀ ਅਸੀਂ ਆਪਣੇ ਦੇਸ਼ ਨੂੰ, ਆਪਣੇ ਔਰ ਪੂਰੇ ਸੰਸਾਰ ਨੂੰ ਚੇਂਜ ਕਰ ਸਕਦੇ ਹਾਂ। ਅੱਜ ਮੈਂ ਦਿੱਲੀ ਵਿਖੇ ਇੱਥੇ ਪਹੁੰਚਿਆ ਅਤੇ ਮੈਨੂੰ ਲਾਜਪਤ ਨਗਰ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਇੱਥੇ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ WSCC ਜੋ ਕਿ ਬਹੁਤ ਵੱਡੇ ਐਜੂਕੇਸ਼ਨ ਖੇਤਰ ਵਿੱਚ ਕੰਮ ਕਰ ਰਹੀ ਹੈ ਔਰ ਇਹ ਜਿਹੜੇ ਵੀ ਲੋੜਵੰਦ ਬੱਚੇ ਨੇ, ਸਿੱਖ ਪਰਿਵਾਰ ਦੇ ਬੱਚੇ, ਉਹ ਇੱਥੇ ਆ ਕੇ ਐਜੂਕੇਸ਼ਨ ਦਾ ਲਾਭ ਲੈ ਸਕਦੇ ਨੇ। ਇੱਥੇ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਅੱਜ 4 ਸਾਲ ਹੋ ਗਏ ਨੇ। ਬੜੀ ਖੁਸ਼ੀ ਹੋਈ, ਦਿਲੋਂ ਖੁਸ਼ੀ ਹੋਈ। ਮੈਂ ਇਹਨਾਂ ਦਾ ਅਤੀ ਧੰਨਵਾਦੀ ਹਾਂ ਜੋ ਅੱਜ ਐਜੂਕੇਸ਼ਨ ਦੇ ਖੇਤਰ ਵਿੱਚ ਬਹੁਤ ਵੱਡਾ ਕਾਰਜ ਕਰ ਰਹੇ ਨੇ ਅਤੇ ਗੁਰੂ ਮਹਾਰਾਜ ਇਹਨਾਂ ਨੂੰ ਇਸ ਤਰ੍ਹਾਂ ਹੀ ਸੇਵਾ ਇਹਨਾਂ ਤੋਂ ਲੈਂਦੇ ਰਹਿਣ, ਚੜ੍ਹਦੀ ਕਲਾ 'ਚ ਰੱਖ ਰਹੇ ਇਹਨਾਂ ਨੂੰ, ਸਾਰੀ ਟੀਮ ਨੂੰ, ਹੋਰ ਵੀ ਕਾਮਯਾਬੀਆਂ ਬਖਸ਼ਣ। ਸਾਰੇ ਲੰਗਰਾਂ ਵਾਸਤੇ ਲੱਗੇ ਹੋਏ ਨੇ ਕਿ ਵੀ ਲੰਗਰ ਹੀ ਹੋਣੇ ਚਾਹੀਦੇ ਨੇ, ਪਰ ਇਹ ਜਿਹੜਾ ਲੰਗਰ ਲਾਇਆ, ਪੜ੍ਹਾਈ ਦਾ ਲੰਗਰ, ਦਵਾਈ ਦੇ ਲੰਗਰ ਵੀ ਦੇਖੇ ਮੈਂ ਦਿੱਲੀ ਵਿਖੇ, ਮਨ ਬਹੁਤ ਪ੍ਰਸੰਨ ਹੋਇਆ। ਅਤੇ ਮੈਂ ਇਹੀ ਸਾਧ ਸੰਗਤ ਨੂੰ ਅਪੀਲ ਕਰਾਂਗਾ ਕਿ ਜਿਤਨੀ ਵੀ ਇਹ ਗੱਲ ਨੂੰ ਦੂਰ ਦੂਰ ਤੱਕ ਪਹੁੰਚਾਇਆ ਜਾਏ ਔਰ ਸਾਡੀ ਜਿਹੜੀ ਅੰਮ੍ਰਿਤ ਕੌਂਸਲ ਟੀਮ ਆਈ ਹੈ ਨਾਲ, ਅਤੇ ਅਸੀਂ ਟੀਮ ਨੂੰ ਵੀ ਕਹਾਂਗੇ ਜਿੱਥੇ ਵੀ ਜਾਵਾਂਗੇ ਉੱਥੇ ਜਾ ਕੇ ਆਪ ਜੀ ਦਾ ਪ੍ਰਚਾਰ ਪ੍ਰਸਾਰ ਜ਼ਰੂਰ ਕਰਾਂਗੇ। ਔਰ ਸੰਗਤ ਜੀ ਇਹਨਾਂ ਨੂੰ ਪੂਰਨ ਸਹਿਯੋਗ ਕਰੋ ਕਿਉਂਕਿ ਬਹੁਤ ਅੱਛਾ ਕਾਰਜ ਕਰ ਰਹੇ ਨੇ, ਇਹਨਾਂ ਪੂਰਨ ਸਹਿਯੋਗ ਕਰੋ। ਗੁਰੂ ਮਹਾਰਾਜ ਜੀ ਕੀ ਅਰਦਾਸ ਹੈ ਮੇਰੀ ਕਿ ਇਹਨਾਂ ਨੂੰ ਸਿਰ 'ਤੇ ਮਿਹਰ ਭਰੇ ਹੱਥ ਰੱਖੇ, ਇਹਨਾਂ ਤੋਂ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।